तस्वीरां बरनाला तो सामने आईयां जिथे कंप्यूटर अध्यापक यूनियन बरनाला दे बैनर हेठ रोस मुजाहरा कर रहे अध्यापक कंप्यूटर साइंस दे ने। अध्यापकों ने देश शाम कैबिनेट मंत्री मीत हेयर दे घर दे बाहर सरकार दे खिलाफ नारेबाजी की है। अध्यापकों दे प्रदर्शन नु देखदे हुए भारी पुलिस बल भी मौके ते मौजूद रहा ते सख्त बैरीकेडिंग करके अध्यापकों नु घर दे बाहर ही रोक दिता गया। उधर अध्यापकों ने सरकार नु चेतावनी दी है। अध्यापकों का कहना है कि मंगा ना पूरियां करन ते 5 सितंबर नु अध्यापक दिवस ते तिखा संघर्ष विड़िया जाएगा। ਟੈਸਟ ਜਿਹੜਾ ਸਟਾਰਟ ਹੋਇਆ 20 ਤਰੀਕ ਨੂੰ ਅਸੀਂ ਪਿਛਲੇ ਇਸੇ ਮਹੀਨੇ 'ਚ ਸੰਗਰੂਰ ਵਿਖੇ ਰੈਲੀ ਹੋਈ ਸੀ। ਅਸੀਂ ਮੰਗਾਂ ਸਾਡੇ ਮੁੱਖ ਮੰਤਰੀ ਦੇ ਘਰ ਕੋਲੇ ਘਰ ਤੱਕ ਗਏ ਸੀਗੇ, ਉੱਥੇ ਬੈਰੀਅਰ ਲਾ ਤੇ। ਅਸੀਂ ਕਿਹਾ ਸਾਨੂੰ ਘਰ ਤੱਕ ਜਾਣ ਦਿਓ, ਸਾਨੂੰ ਮੀਟਿੰਗ ਦੇ ਦਿਓ, ਇਹਨਾਂ ਨੂੰ ਮੀਟਿੰਗ ਦੇਣ ਦੀ ਥਾਂ 'ਤੇ ਸਾਡੇ 'ਤੇ ਲਾਠੀਚਾਰਜ ਕੀਤਾ। ਉਹਦੇ ਵਿਰੋਧ 'ਚ ਰੋਸ ਵਜੋਂ ਅੱਜ ਅਸੀਂ ਰੈਲੀ ਰੱਖੀ ਆ। ਬਾਕੀ ਪਿਛਲੇ ਦਿਨ ਹੀ ਸਾਡਾ ਲਵਪ੍ਰੀਤ ਸਿੰਘ ਕੰਪਿਊਟਰ ਦੇ ਖੰਨੇ ਤੋਂ ਕੈਂਸਰ ਦੀ ਨਾ ਮਰਾ ਬਿਮਾਰੀ ਕਰਕੇ ਮਰ ਗਿਆ। ਉਹਨੂੰ ਘਰੋਂ ਕੋਈ ਸਪੋਰਟ ਨਹੀਂ ਸੀ, ਉਹਨੂੰ ਆਪਦੇ ਇਲਾਜ ਲਈ ਉਹਨੂੰ ਪੈਸਾ ਨਹੀਂ ਮਿਲ ਰਿਹਾ ਸੀ। ਅਸੀਂ ਰੈਗੂਲਰ ਹੋ ਚੁੱਕੇ ਹਾਂ ਪਰ ਸਾਨੂੰ ਰਿਵਰਸਮੈਂਟ ਮੈਡੀਕਲ ਸਹੂਲਤਾਂ CSR ਕੁਝ ਵੀ ਨਹੀਂ ਦਿੱਤਾ ਜਾ ਰਿਹਾ। ਸਾਡਾ ਨੱਪ ਲਿਆ ਜਾਂ ਸੱਪ ਕੁੰਡਲੀ ਮਾਰ ਕੇ ਬਹਿ। ਸਾਡੀਆਂ ਜੀ 2011 ਤੋਂ ਚੱਲ ਰਹੀਆਂ ਅਤੇ ਪੰਜਾਬ ਸਰਕਾਰ ਨਾਲ 1 ਸਾਲ ਤੋਂ ਚੱਲ ਰਹੀਆਂ। ਜਿੰਨੇ ਵਾਰੀ ਇਹਨਾਂ ਮੰਤਰੀਆਂ ਕੋਲ ਜਾਂਦੇ ਹਾਂ ਸਾਨੂੰ ਕਹਿੰਦੇ ਤੁਹਾਡੀ ਕਿੰਨੀ ਤਨਖਾਹ ਹੈ। ਅਸੀਂ ਤਨਖਾਹ ਅਸੀਂ ਤਾਂ ਆਪਦੇ ਹੱਕ ਮੰਗਣ ਆਏ ਹਾਂ। ਇਹ ਤਾਂ ਜੇ ਤਨਖਾਹ ਇੰਨੀ ਹੁੰਦੀ ਤਾਂ ਸਾਡੇ ਕੰਪਿਊਟਰ ਦੇ ਜਾਣ ਨੂੰ ਕਿਉਂ ਜਾਂਦੇ? ਜਿਹੜਾ ਸਾਨੂੰ ਮਿਲ ਚੁੱਕਿਆ ਉਹੀ ਦੇ ਦਿਓ ਸਾਨੂੰ। ਅਸੀਂ ਮੀਟੇਰ ਕੋਲ ਵੀ ਜਾ ਕੇ ਸਿੱਖਿਆ ਮੰਤਰੀ ਕੋਲ ਜਾ ਚੁੱਕੇ ਹਾਂ। ਪਿਛਲੇ ਸਾਲ ਸਿੱਖਿਆ ਮੰਤਰੀ ਨੇ ਸਾਨੂੰ ਦੀਵਾਲੀ ਉੱਤੇ ਦੀਵਾਲੀ ਦਾ ਤੋਹਫਾ 6ਵਾਂ ਪੇ ਕਮਿਸ਼ਨ ਜਿਹੜਾ ਸਾਡਾ ਰੁਕਿਆ ਵਾ ਦੇਣ ਦਾ ਐਲਾਨ ਕੀਤਾ ਸੀ, ਪਰ ਪਿਛਲੇ ਸਾਲ ਦੀ ਦੀਵਾਲੀ ਵੀ ਲੰਘ ਗਈ ਅਤੇ ਆਹ ਦੀਵਾਲੀ ਆਉਣ ਵਾਲੀ ਹੈ। ਅਗਲਾ ਸੰਘਰਸ਼ ਕੀ ਹੋਊਗਾ? ਅਗਲਾ ਸੰਘਰਸ਼ 28 ਤਰੀਕ ਨੂੰ ਸਾਨੂੰ ਕੈਬਨਿਟ ਮੀਟਿੰਗ ਮਿਲੀ ਹੈ। ਜੇ ਸਾਡਾ ਕੋਈ ਹੱਲ ਨਾ ਹੋਇਆ ਤਾਂ 5 ਤਰੀਕ ਨੂੰ ਅਧਿਆਪਕ ਦਿਵਸ ਦੇ ਉੱਤੇ ਅਸੀਂ ਗੁਪਤ ਐਕਸ਼ਨ ਕਰਾਂਗੇ, ਤਕੜਾ ਐਕਸ਼ਨ ਕਰਾਂਗੇ। ਅਸੀਂ ਮੰਗ ਪੱਤਰ ਸਾਡੇ ਤੋਂ ਪ੍ਰਸ਼ਾਸਨ ਲੈ ਲਿਆ, ਪਰ ਅਸੀਂ ਤਾਂ ਰੋਸ ਮੁਜ਼ਾਹਰਾ ਕਰਨ ਹੀ ਆਏ ਸੀ, ਦੱਸਣ ਆਏ ਸੀ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ। ਸਾਡੇ ਜਿਹੜਾ ਲਾਠੀਚਾਰਜ ਹੈ ਕੀਤਾ ਦੀ ਨਿੰਦਾ ਕਰਦੇ ਹਾਂ ਅਤੇ ਕੈਬਨਿਟ ਮੰਤਰੀ ਹੈ, ਸਾਡਾ ਮਸਲਾ ਕੈਬਨਿਟ 'ਚ ਲੈ ਕੇ ਜਾਣ। 20 ਤਰੀਕ ਨੂੰ ਸਾਡੀ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਹੋਈ ਸੀ। ਉੱਥੇ ਸਾਡੇ 'ਤੇ ਬਹੁਤ ਜ਼ੁਲਮ ਕੀਤੇ ਗਏ, ਲਾਠੀਚਾਰਜ ਕੀਤਾ ਗਿਆ। ਉਸ ਦੇ ਵਿਰੋਧ ਵਿੱਚ ਅਸੀਂ ਭਰਾਤਰੀ ਜਥੇਬੰਦੀਆਂ ਦੀ ਨਾਲ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਕਰਨ ਆ ਰਹੇ ਹਾਂ। ਸਾਡੇ ਕੈਬਨਿਟ ਮੰਤਰੀ ਮੀਤ ਹੇਅਰ ਜੀ ਨੂੰ ਇਹ ਦੱਸਣ ਆ ਰਹੇ ਹਾਂ ਵੀ ਸਾਡੇ 'ਚ ਬਹੁਤ ਰੋਸ ਹੈ। ਅਸੀਂ ਇਹ ਵੀ ਉਹਨਾਂ ਨੂੰ ਅਪੀਲ ਕਰਦੇ ਵੀ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਇਸ ਸੰਘਰਸ਼ ਨੂੰ ਅਸੀਂ ਬਹੁਤ ਅੱਗੇ ਲੈ ਕੇ ਜਾਵਾਂਗੇ। ਅੱਜ ਅਸੀਂ ਜੀ ਪਹਿਲਾਂ DC ਦਫ਼ਤਰ ਵਿੱਚ ਬੈਠ ਕੇ ਇਕੱਠੇ ਹੋ ਕੇ ਸਾਰੇ ਜ਼ਿਲ੍ਹੇ ਦੇ ਕੰਪਿਊਟਰ ਦੇ ਅਫਸਰ ਅਤੇ ਸਾਡੀਆਂ ਭਰਾਤਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੋਂ ਦੀ ਜਿਹੜੀ ਸਰਕਾਰ ਦੀਆਂ ਗਲਤ ਨੀਤੀਆਂ ਉਹਨਾਂ ਨੂੰ ਭੰਡਿਆ। ਉਸ ਤੋਂ ਬਾਅਦ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੂੰ DC ਦਫ਼ਤਰ ਵਿੱਚ ਨਾਅਰੇ ਲਗਾ ਕੇ ਅਸੀਂ ਜ਼ੋਰਦਾਰ ਢੰਗ ਨਾਲ ਰੱਖਿਆ। ਉਸ ਤੋਂ ਬਾਅਦ ਰੋਸ ਮਾਰਚ ਕਰਕੇ ਅਸੀਂ ਹੁਣ ਸਾਡੇ ਕੈਬਨਿਟ ਮੰਤਰੀ ਮੀਤ ਹੇਅਰ ਜੀ ਦੇ ਕੋਠੀ ਦੇ ਅੱਗੇ ਖੜ੍ਹੇ ਹਾਂ ਕਿ ਉਹ ਸਾਡੀ ਆਵਾਜ਼ ਸੁਣਨ, ਪਰ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੱਚੇ ਕੀ ਹੈ ਜੀ, ਕੱਚੇ ਨਾਮ ਨੂੰ ਪੱਕਾ ਕਰਤਾ, ਉਹਨਾਂ ਨੂੰ ਪੱਕੇ ਕੋਈ ਨਹੀਂ ਕੀਤਾ, ਕੋਈ ਉਹਨਾਂ ਨੂੰ ਸਰਕਾਰੀ ਸਹੂਲਤਾਂ ਨਹੀਂ ਦਿੱਤੀਆਂ, ਇਕੱਲੀ ਤਨਖਾਹ 'ਚ ਥੋੜ੍ਹਾ ਨਿਗੋਣਾ ਜਾਂ ਵਾਧਾ ਕਰਕੇ ਉਹਨਾਂ ਦਾ ਪ੍ਰਚਾਰ। ਇਹਨਾਂ ਦਾ ਮੇਨ ਮਕਸਦ ਇਹੀ ਆ ਵੀ ਅਸੀਂ ਜੋ ਵੋਟਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਜਾਂ ਦੂਸਰੇ ਰਾਜਾਂ ਵਿੱਚ ਵੋਟਾਂ ਆ ਰਹੀਆਂ ਉਹਨਾਂ ਦੇ ਵਿੱਚ ਦਿਖਾਵਾ ਕਰ ਰਹੇ ਹਾਂ ਵੀ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਦੇ, ਪਰ ਅਸਲ ਵਿੱਚ ਪੱਕਾ ਕੋਈ ਨਹੀਂ ਕੀਤਾ। ਸਾਡੀਆਂ ਮੰਗਾਂ ਜੀ, ਅਸੀਂ ਰੈਗੂਲਰ ਆਰਡਰ ਸਾਨੂੰ ਗਵਰਨਰ ਵੱਲੋਂ ਦਿੱਤੇ ਗਏ ਆ, ਉਹ ਅਸੀਂ ਜਿਹੜੇ ਸਾਡੀਆਂ ਸ਼ਰਤਾਂ ਵਾ ਉਹ ਸਾਰੀਆਂ ਪੂਰੀਆਂ ਕਰਦੇ ਹਾਂ, ਪਰ ਸਾਨੂੰ ਉਹਨਾਂ ਦੇ ਸ਼ਰਤਾਂ ਦੇ ਮੁਤਾਬਕ ਸਰਕਾਰ ਵੱਲੋਂ ਕੋਈ ਬੈਨੀਫਿਟ ਨਹੀਂ ਦਿੱਤਾ ਜਾ ਰਿਹਾ। ਸਾਨੂੰ 6ਵੇਂ ਪੇ ਕਮਿਸ਼ਨ ਤੋਂ ਵਾਂਝੇ ਰੱਖਿਆ ਗਿਆ, ACP ਮੈਡੀਕਲ ਰਿਵਰਸਮੈਂਟ ਜੋ ਵੀ ਆ, ਜੋ ਤੱਕ ਸਰਕਾਰੀ ਮੁਲਾਜ਼ਮ ਨੂੰ ਮਿਲਦਾ ਉਹ ਤੋਂ ਵਾਂਝੇ ਰੱਖਿਆ ਗਿਆ। ਸਾਨੂੰ ਅਸੀਂ ਹੁਣ ਇਹ ਚਾਹੁੰਦੇ ਹਾਂ ਵੀ ਜੇ 28 ਤਰੀਕ ਦੀ ਜਿਹੜੀ ਪੈਨਲ ਮੀਟਿੰਗ ਆ ਉਹਦੇ ਵਿੱਚ ਸਾਡਾ ਕੋਈ ਹੱਲ ਨਹੀਂ ਨਿਕਲਦਾ, 5 ਸਤੰਬਰ ਨੂੰ ਅਸੀਂ ਗੁਪਤ ਐਕਸ਼ਨ ਕਰਾਂਗੇ। ਗੁਪਤ ਐਕਸ਼ਨ ਅਸੀਂ ਇਹ ਦੱਸਿਆ ਨਹੀਂ ਜਾਵੇਗਾ ਕਿ ਪੱਕਾ ਧਰਨਾ ਵੀ ਹੋ ਸਕਦਾ ਸਾਡਾ। ਅਸੀਂ ਸਰਕਾਰ ਦੇ EMA ਥਾਂ ਦਾ ਹਰਜੋਤ ਬੈਲ ਸੀ ਆ, ਅਸੀਂ ਉਹਨਾਂ ਨੂੰ ਮਿਲੇ ਆ, ਉਹ ਬੜੇ ਆਰਾਮ ਨਾਲ ਕਹਿ ਦਿੰਦੇ ਆ ਵੀ ਤੁਹਾਡਾ ਜਿਹੜੀ ਫਾਈਲ ਆ ਫਾਈਨਾਂਸ ਮਿਨਿਸਟਰ ਕੋਲ ਗਈ ਆ, ਪਰ ਪਿਛਲੇ ਸਾਲ ਤੋਂ ਸਾਡੀ ਫਾਈਲ ਆ ਇੱਧਰ ਉੱਧਰ ਇਸ ਤਰ੍ਹਾਂ ਹੀ ਘੁੰਮ ਰਹੀ ਆ, ਪਰ ਸਾਨੂੰ ਐਂ ਨਹੀਂ ਪਤਾ ਵੀ ਸਾਡਾ ਹੱਲ ਕਦੋਂ ਹੋਵੇ। 2005 ਦੀ ਭਰਤੀ ਆ ਜੀ ਮੇਰੀ, 2011 ਤੋਂ ਜਿਹੜੇ ਸਾਨੂੰ ਆ ਗਵਰਨਰ ਵੱਲੋਂ ਜਿਹੜੇ ਆਰਡਰ ਆ ਜਿਹੜੇ ਸਾਡੇ ਸਾਨੂੰ ਰੈਗੂਲਰ ਕਰ ਦਿੱਤਾ ਗਿਆ ਸੀਗਾ, ਗ੍ਰੇਡ ਪੇ ਤੇ ਕਰਿਆ ਹੋਇਆ ਸਾਨੂੰ, ਪਰ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਵਾਲੇ ਜਿਹੜੇ ਲਾਭ ਆ ਜਿਹੜੇ ਸਾਡੀਆਂ ਸ਼ਰਤਾਂ ਬਾਲੀਆਂ ਸਾਡੀਆਂ ਉਹ ਸ਼ਰਤਾਂ ਦੇ ਮੁਤਾਬਕ ਸਾਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ। ਸਰਕਾਰ ਵਾਅਦੇ ਪੂਰੇ ਨਹੀਂ ਕਰ ਰਹੀ, ਐਲਾਨ ਨਹੀਂ ਕਰ ਰਹੀ, ਕੋਈ ਵਾਅਦਾ ਨਹੀਂ ਪੂਰਾ। ਅਸੀਂ ਤਾਂ 18 ਸਾਲ
साल तो यही धक्के खा रहे हैं जिन्हिया भी सरकार आदि पर यह सरकार है जी ये साडे लिए बहुत घटिया साबित हुई है भाई असं जे साडे लिए कुछ नहीं करते तो असं पक्का धरना 5 सितंबर तो बाद पक्का धरना लाने असं जे कंप्यूटर ऐप्स हैं जी 2005 के भर्ती है पहला असं कच्चे थे जो बादल सरकार 2010 के सू रेगुलर करने का भरोसा दिता तो साढ़े ऑर्डर किए पर बादल सरकार द्वारा भी वो ऑर्डर इंप्लीमेंट नहीं किया गया जो आम आदमी पार्टी सरकार नहीं थी बनी तो साढ़े धरने रैलिया के आगू आते थे सानू यह कहा गया से भी जो भी अभी सरकार आए तो अभी नाल दी नाल थोड़े काम करा पर 2 साल हो गए हजे तक सरकार बनी नूं पर साडी कोई सुनवाई नहीं की नहीं सरकार कहन ही पक्के किए ने पर कच्चिया वर्गे ने ना तो उन्होंने कोई सरकारी सहूलत दी है कि इन्होंने एक थोड़िया जी तनखा का वाधा किया गया जबकि उन्होंने कोई भी सहूलत जी सरकारी मुलाजम वाली नहीं दिती गई ये सरकार सहूलत देनिया का दूर की गल पर प्रचार योगी ही रह गई भी प्रचार करते असं आह काम करते आह करते पर उन्होंने कोई भी यह जी सहूलत उन्होंने नहीं दिती ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਕਿੰਨੇ ਸਾਲ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਨੂੰ ਸਿਰਫ ਸਰਕਾਰ ਨੇ ਸਾਨੂੰ ਹੀ ਛੱਡਿਆ ਹੋਇਆ ਵੀ ਡਿਪਾਰਟਮੈਂਟ ਵਿੱਚ ਨਹੀਂ ਲੱਗਾ ਸਾਨੂੰ ਸਾਡੇ ਨਾਲ ਇੰਨੀ ਬੇਕਦਰੀ ਹੋ ਚੁੱਕੀ ਹੈ ਕਿ ਇੰਨਾ ਅਸੀਂ ਸੰਘਰਸ਼ ਕੀਤਾ ਪਰ ਸਾਨੂੰ ਕੁਛ ਵੀ ਨਾ CSR ਰੂਲ ਲਾਗੂ ਹੋਇਆ ਨਾ ਕੁਛ ਹੋਰ ਦਿੱਤਾ ਹੈ ਨਾ ਕੋਈ ਮਾਨ ਭੱਤਾ ਦਿੱਤਾ ਹੈ ਸਾਡੇ ਤੇ ਹਰ ਵਾਰ ਇਹੀ ਚੀਜ਼ ਹੋ ਰਹੀ ਹੈ ਅਸੀਂ ਇੰਨਾ ਸੰਘਰਸ਼ ਕਰ ਰਹੇ ਹਾਂ ਇੰਨੀ ਯੋਗਤਾ ਕਰ ਚੁੱਕੇ ਹਾਂ ਅਸੀਂ ਇੰਨੀ ਪੜ੍ਹਾਈਆਂ ਕੀਤੀਆਂ ਹੋਈਆਂ ਐਂ ਕਹਿ ਦਿੰਦੇ ਵੀ ਕੰਪਿਊਟਰ ਅਧਿਆਪਕ ਰੀੜ ਦੀ ਹੱਡੀ ਹੈ ਪਰ ਇਹ ਰੀੜ ਦੀ ਹੱਡੀ ਨੂੰ ਸਰਕਾਰ ਬਿਲਕੁਲ ਭੁੱਲੀ ਬੈਠੀ ਹੈ ਸਾਡੀ ਸਭ ਨਾਲ ਗੱਲ ਹੋ ਚੁੱਕੀ ਹੈ ਸਾਡਾ ਇਹਦੇ ਵਿੱਚ ਕੋਈ ਵੀ ਉਹਨਾਂ ਨੂੰ ਨਿੱਜੀ ਕਿੰਨਾ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਜੀ ਨਾ ਫਾਈਨੈਂਸ ਵੱਲੋਂ ਕੋਈ ਨੁਕਸਾਨ ਹੁੰਦਾ ਹੈ ਫਿਰ ਵੀ ਸਾਨੂੰ ਹੀ ਛੱਡਿਆ ਜਾ ਰਿਹਾ ਹਰ ਪੱਖੋਂ ਸਾਨੂੰ ਛੱਡਿਆ ਜਾ ਰਿਹਾ ਨਾ ਸਾਡੇ ਤੇ CSR ਰੂਲ ਲਾਗੂ ਹੋ ਰਿਹਾ ਨਾ ਸਾਨੂੰ 6 ਮਹੀਨਾ ਪੇ ਕਮਿਸ਼ਨ ਲੱਗਿਆ ਨਾ ਸਾਨੂੰ ਡਿਪਾਰਟਮੈਂਟ ਕੀਤਾ ਜਾ ਰਿਹਾ ਬਰਨਾਲਾ ਤੋਂ ਬਿਊਰੋ ਰਿਪੋਰਟ ਐਂਡ 7 ਨਿਊਜ਼।